ਆਰਬਾਂ ਦੇ ਸੁਲਤਾਨ ਫਰਮਾਉਂਦੇ ਨੇ ਇਲਮਾਬਾਦ ਜੋ ਕਰੇ ਯਗਾਨਾ ਜਿਤਨੇ ਬਜ਼ੁਰਗਾਂ ਨੇ ਦੀਨ ਨੇ ਜ਼ਿੰਦਗੀ ਪੜ੍ਹੋ ਗਰੀਬ ਨਮਾਜ਼ ਮੋਇਨੁਦੀਨ ਚਿਸ਼ਤੀ ਅਜਮੇਰੀ ਹਜ਼ੂਰ ਦਾਦਾ ਗੰਜ ਬਖਸ਼ ਰਹਿਮਤੁਲਾਹ ਅਲੈਹ ਹਜ਼ੂਰ ਸ਼ੇਖ ਜਿਲਾਨੀ ਮਹਬੂਬੇ ਸੁਭਾਨੀ ਤਮਾਮ ਬਹੁਤ ਬੜੇ ਆਲਮ ਸਨ ਜਿਤਨੇ ਬਦਰ ਗੁਜ਼ਰੇ ਨੇ ਸਾਰੇ ਆਲਮ ਨੇ ਆ ਤਵੱਜੋ ਕਰੋ ਆ ਤਵੱਜੋ ਕਰੋ ਮੌਲਾਨਾ ਹਸਾਮੁਦੀਨ ਦੀ ਜ਼ਿੰਦਗੀ ਸ਼ਗਿਰਦੀ ਲੈ ਲਈ ਪੜ੍ਹਦੇ ਰਹੇ ਆਲਮ ਬਣ ਗਏ ਫਿਰ ਮੁਰਸ਼ਦ ਦੀ ਤਲਾਸ਼ ਵਿੱਚ ਨਿਕਲੇ ਟੁਲਦੇ ਗਏ ਸੈਰ ਕਰਦੇ ਗਏ ਮੁਰਸ਼ਦ ਦੀ ਤਲਾਸ਼ ਨਹੀਂ ਪਈ ਆਉਂਦੀ ਨੀਸ਼ਾਪੁਰ ਦੇ ਕਰੀਬ ਕਸਬਾ ਹਾਰੂਨ ਜਿਸ ਉੱਤੇ ਪਹੁੰਚੇ ਖਾਜਾ ਉਸਮਾਨ ਹਾਰੂਨੀ ਰਹਿਮਤੁਲਾ ਅਲੈਹ ਦੀ ਤੁਮ ਸੁਣੀ ਖਾਜਾ ਉਸਮਾਨ ਹਾਰੂਨੀ ਰਹਿਮਤੁਲਾ ਅਲੈਹ ਦੀ ਤੁਮ ਸੁਣੀ ਆਪ ਚਲਦੇ ਚਲਦੇ ਖਾਜਾ ਉਸਮਾਨ ਹਾਰੂਨੀ ਰਹਿਮਤੁਲਾ ਅਲੈਹ ਦੇ ਕੋਲ ਗਏ ਆਪ ਵੇਖਦਿਆਂ ਕਹਿੰਦੇ ਨੇ ਪੁੱਤਰ ਵੁਜ਼ੂ ਕਰਿਆ ਹੁਣ ਮੁਰਸ਼ਦ ਦੀ ਨਜ਼ਰ ਵੇਖਣਾ ਪੁੱਤਰ ਵੁਜ਼ੂ ਕਰਿਆ ਵੁਜ਼ੂ ਕਰ ਲਿਆ ਪੁੱਤਰ ਸੂਰਤ ਬਕਰਾ ਪੜ ਬਾਬਾ ਜੀ ਪੜ ਲਈ ਕਿਹਾ ਪੁੱਤਰ ਨਬੀ ਦੀ ਸਾਤ ਦਰੂਦ ਪੜ ਦਰੂਦ ਪੜ ਲਿਆ ਜਿਸੇ ਦਰੂਦ ਆਕਾ ਦੀ ਮਾਰਗਾਹ ਵਿੱਚ ਪੇਸ਼ ਹੋ ਗਿਆ ਕਿਹਾ ਪੁੱਤਰਾ ਆਸਮਾਂ ਵੱਲ ਧਿਆਨ ਕਰ ਕਹਿੰਦੇ ਨੇ ਮੈਂ ਆਸਮਾਂ ਵੱਲ ਧਿਆਨ ਕੀਤਾ ਕਹਿੰਦੇ ਨੇ ਪੁੱਤਰਾ ਕੀ ਨਜ਼ਰ ਆਇਆ ਮੈਂ ਕਿਹਾ ਅਰਸ਼ੇ ਆਜ਼ਮ ਨਜ਼ਰ ਆਉਂਦਾ ਹੈ ਨਿਗਾਹ ਮੁਰਸ਼ਦ ਵੇਖ ਮੁਰਸ਼ਦ ਦੀ ਤਲਾਸ਼ ਵੇਖ ਮੁਈਨੁਦੀਨ ਚਿਸ਼ਤੀ ਕਿਹਾ ਪੁੱਤਰਾ ਜ਼ਮੀਨ ਵਾਲੇ ਪਾਸੇ ਨਜ਼ਰ ਕਰ ਮੈਂ ਜ਼ਮੀਨ ਵਾਲੇ ਪਾਸੇ ਨਜ਼ਰ ਕੀਤੀ ਮੈਂ ਤਹਿਤ ਸਰਾ ਨਜ਼ਰ ਆਇਆ ਪੁੱਤਰਾ ਕੀ ਦਿਸਿਆਈ ਕਿਹਾ ਬਾਬਾ ਤਹਿਤ ਸਰਾ ਨਜ਼ਰ ਆਉਂਦਾ ਏ ਕਿਹਾ ਅੱਜ ਰਾਤ ਸਮੀਨਾ ਅੱਜ ਰਾਤ ਸੂਰਤ ਇਖਲਾਸ ਪੜ ਕੁਲ ਹੁ ਅੱਲਾਹੁ ਅਹਦ ਅੱਲਾਹੁ ਸਮਦ ਲਮ ਯਲਿਦ ਵਲਮ ਯੂਲਦ ਵਲਮ ਯਕੁਲ ਲਹੁ ਕੁਫੁਵਨ ਅਹਦ ਮੈਂ ਕਹਿੰਦੇ ਨੇ ਮੈਂ ਪੜਦਾ ਰਿਹਾ ਰਾਤ ਗੁਜ਼ਰ ਗਈ ਸਵੇਰ ਹੋਈ ਮੁਰਸ਼ਦ ਦੇ ਸਾਹਮਣੇ ਆਇਆ ਕਿ ਨਿਗਾਹ ਚੁੱਕ ਹੁਣ ਵੇਖ ਕੀ ਦਿਸਦਾ ਏ ਬਾਬਾ ਹਰ ਚੀਜ਼ ਨਜ਼ਰ ਆਉਂਦੀ ਹੈ ਕੋਈ ਗੱਲ ਛੁੱਪੀ ਨਹੀਂ ਅਰਸ਼ੋਂ ਪਾਰ ਤੱਕ ਵੀ ਨਜ਼ਰ ਆਉਂਦਾ ਏ ਕਿਆ ਥੱਲੇ ਨਿਗਾਹ ਕਰ ਕਿਆ ਤਹਿਤ ਸਰਾ ਤੋਂ ਥੱਲੇ ਵੀ ਨਜ਼ਰ ਆਉਂਦਾ ਏ ਕਿਆ ਪੁੱਤਰਾ ਅਜੇ ਤੱਕ ਗੱਲ ਨਹੀਂ ਬਣੀ ਸੂਰਤ ਇਖਲਾਸ ਦੁਬਾਰਾ ਪੜ ਸੂਰਤ ਇਖਲਾਸ ਦੁਬਾਰਾ ਮੈਂ ਸ਼ੁਰੂ ਕੀਤੀ ਮੈਂ 1000 ਵਾਰੀ ਸੂਰਤ ਇਖਲਾਸ ਪੜ ਰਿਹਾ ਕਹਿੰਦੇ ਨੇ ਮੇਰੇ ਵੱਲ ਵੇਖ ਮੈਂ ਆਪਣੇ ਸ਼ੇਖ ਉਸਮਾਨ ਹਾਰੂਨੀ ਵੱਲ ਵੇਖਿਆ ਵੇਖਦਾ ਗਿਆ ਉਸਮਾਨ ਹਾਰੂਨੀ ਨੇ ਜਦੋਂ ਅੰਗਲਾਂ ਚੁੱਕੀਆਂ ਕਿ ਇਹਨਾਂ ਅੰਗਲਾਂ ਦੇ ਦਰਮਿਆਨ ਵਿੱਚੋਂ ਵੇਖ ਕਹਿੰਦੇ
ਕਹਿੰਦੇ ਨੇ ਮੈਂ ਅੰਗਲਾਂ ਦੇ ਦਰਮਿਆਨ ਵਿੱਚ ਵੇਖਿਆ ਰੱਬ ਦੀ ਕੁੱਲ ਕਾਇਨਾਤ 18,000 ਆਲਿਮ ਮੇਰੇ ਸਾਹਮਣੇ ਆ ਗਏ ਸ਼ਾਨ ਇਹ ਉਸਮਾਨ ਅਰੂਨੀ ਮੁਈਨੁਦੀਨ ਚਿਸ਼ਤੀ ਅਜਮੇਰੀ ਦਾ ਪੀਰ ਸਾਰੇ ਵਲੀ ਇਕੱਠੇ ਹੋ ਜਾਣ ਗੌਸ ਕੁਤਬ ਅਬਦਾਲ ਸਿਆਬਾ ਤੱਕ ਨਹੀਂ ਪਹੁੰਚ ਸਕਦੇ ਸਿਆਬਾ ਤੱਕ ਸਾਰੇ ਸਿਆਬੀ ਇਕੱਠੇ ਹੋ ਜਾਣ ਤਾਜਦਾਰੇ ਸਿਆਬਾ ਤੱਕ ਨਹੀਂ ਪਹੁੰਚ ਸਕਦੇ।